ਕਰੀਏ ਕਿ ਦਾ ਸਵਾਗਤ ਕਰ ਲਈ ਜਿਵੇਂ ਸਹਿਜ ਦੀ ਐਕਸਰਸਾਈਜ਼ ਹੋ ਰਹੀ ਹੈ ਜਪਨੂਰ ਵੀ ਉਦਾਂ ਹੀ ਕਰ ਰਹੀ ਹੈ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਸਹਿਜ ਨੇ ਮੈਨੂੰ ਕਿਹਾ ਜ਼ੋਰ ਦੀ ਬੋਲੋ ਅਤੇ ਮੈਂ ਜ਼ੋਰ ਦੀ ਬੋਲੂੰਗੀ ਇਸ ਤੋਂ ਜ਼ਿਆਦਾ ਸਹਿਜ ਮੈਂ ਜ਼ੋਰ ਦੀ ਬੋਲ ਨਹੀਂ ਸਕਦੀ ਵੈਸੇ ਬੋਲੋ ਜਿੱਦਾਂ ਡਾਟ ਐਂਡ ਟੈਂਪ ਬੋਲਦੇ ਚੱਲ ਉਹ ਤਾਂ ਅਲੱਗ ਟੋਨ ਹੁੰਦੀ ਨਾ ਅਤੇ ਸੁਬਾਹ ਦਾ ਦਿਨ ਹੋ ਗਿਆ ਅਤੇ ਸ਼ਰਾਰਤਾਂ ਚੱਲ ਰਹੀਆਂ ਨੇ ਬੱਚਾ ਕਿੱਧਰ ਪਹੁੰਚ ਗਿਆ ਹੈ ਸਹਿਜ ਕੋਲ ਆ ਗਈ ਚੱਲ ਸਹਿਜ ਤੂੰ ਜਾ ਇੱਧਰ ਆ ਜਾ ਗੁੱਡ ਮਾਰਨਿੰਗ ਕਰਦੇ ਸਾਰੇ ਸਹਿਜ ਜੋ ਹੈ ਰੈਡੀ ਹੋ ਗਿਆ ਸਹਿਜ ਜਾ ਰਿਹਾ ਹੈ ਟਿਊਸ਼ਨ 'ਤੇ ਉਸ ਤੋਂ ਬਾਅਦ ਆ ਕੇ ਸਹਿਜ ਜਾਊਗਾ ਮੰਮਾ ਦੇ ਨਾਲ ਅੱਜ ਵਪਾਰ ਕੇਂਦਰ ਥੈਰੇਪੀ ਲਈ ਅੱਜ ਪਾਪਾ ਨੂੰ ਆਪਾਂ ਛੁੱਟੀ ਦੇ ਦਾਂਗੇ ਆਪਾਂ ਜਾਵਾਂਗੇ ਠੀਕ ਹੈ ਤੁਹਾਡਾ ਫੋਨ ਵੱਜ ਗਿਆ ਅਤੇ ਸਹਿਜ ਚੱਲਿਆ ਵਾ ਅੱਜ ਦੋਸਤ ਮੈਂ ਉਹ ਇੱਕ ਮਿੰਟ ਇਹ ਕਿੱਦਾਂ ਸਵਾਗਤ ਕਰ ਲਈ ਸਾਰਿਆਂ ਦਾ ਇਹ ਲੜਕੀ ਸ਼ਰਾਰਤੀ ਹੋ ਗਈ ਹੈ ਕਿਚਕਿਆਂ ਦੇ ਰਿਹਾ ਅਤੇ ਦੋਸਤੋ ਅੱਜ ਮੈਂ ਬਣਾਉਣ ਜਾ ਰਹੀ ਹਾਂ ਐਵਕਾਡੋ ਵਾਲੀ ਸੈਂਡਵਿਚ ਮੈਂ ਕਿਹਾ ਦੇਖ ਲਈ ਅਸੀਂ ਵੀ ਖਾ ਕੇ ਕਿੱਦਾਂ ਹੁੰਦਾ ਵਾ ਹੈ ਨਾ ਜਪਨੂਰ ਹੈ ਨਾ ਜਪਨੂਰ ਤਾਂ ਫਰੂਟ ਹੀ ਖਾਊਗੀ ਫਰੂਟ ਖਾਊਗੀ ਅਤੇ ਬਣਾ ਕੇ ਦੇਖਦੇ ਕਿੱਦਾਂ ਦੀ ਬਣਦੀ ਹੈ ਬਣਨ ਲੱਗੀ ਇੱਕ ਨਵੀਂ ਜੀ ਡਿਸ਼ ਕੀ ਕਹਿੰਦਾ ਹੈ ਕਿੱਦਾਂ ਕੱਟ ਦਿੱਤਾ ਹਾਂ ਕਿ ਕੱਟਿਆ ਵਾਕਈ ਹੀ ਇਹ ਵੀ ਇਹਨੂੰ ਮੈਸ਼ ਕਰਵਾਉਂਗੇ ਬਣਾਉਣ ਕੀ ਲੱਗੇ ਇਸ ਵੀਡੀਓ ਵਿੱਚ ਉਹ ਚਮਚੇ ਚਮਚੇ ਨਾ ਗੜੇ ਆਪਾਂ ਹੱਥ ਇਹ ਸੈਂਡਵਿਚ ਐਵੋਕਾਡੋ ਸੈਂਡਵਿਚ ਅਤੇ ਇਹਦੀ ਕਿੱਦਾਂ ਦੀ ਬੰਦੀ ਆਪਾਂ ਪਹਿਲੀ ਵਾਰੀ ਖਾ ਰਹੇ ਹਾਂ ਖਾਇਆ ਨਹੀਂ ਖਾਈਦਾ ਹਾਂ ਸਾਰਾ ਹੀ ਖਾਈਦਾ ਚਿੱਟਾ ਚਿੱਟਾ ਖਾਈਦਾ ਮੈਨੂੰ ਲੱਗਦਾ ਸਰ ਔਰ ਨਹੀਂ ਆ ਜਿਹੜਾ ਅੰਦਰ ਵਾਲਾ ਹਿੱਸਾ ਇਸ ਵਾਰਾ ਹੀ ਜਾਊਗਾ ਖਾ ਕੇ ਦੇਖੋ ਓਏ ਜਪਨੂਰ ਦੇਖ ਲਓ ਥੱਲੇ ਟਿੱਕੀ ਆਏ ਹਾਏ ਬਗ ਬਗਾ ਜਾ ਮੈਂ ਕਿਹਾ ਇੰਨੇ ਲੋਕ ਖਾਂਦੇ ਆ ਡਾਈਟੀਸ਼ਨ ਦਿੰਦੇ ਆ ਖਾਣ ਨੂੰ ਤੇ ਮੈਨੂੰ ਲੱਗਦਾ ਵਾਈਟ ਵਾਈਟ ਹਿੱਸੇ ਖਾਣਾ ਹੁੰਦਾ ਓਏ ਨਹੀਂ ਓਏ ਨਾ ਵਧੀਆ ਕੀਤਾ ਸੀ ਹੈ ਇੱਥੋਂ ਗੰਦਾ ਹੈ ਲਾਭ ਉਸ ਤੋਂ ਮੈਂ ਇਹਦੇ ਵਿੱਚ ਕੁਛ ਖਾਸ ਨਹੀਂ ਪਾਇਆ ਐਵੋਕਾਡੋ ਟਮਾਟਰ ਚਿੱਲੀ ਫਲੈਕਸ ਅਤੇ ਸੀਜ਼ਲਿੰਗ ਪਾਈ ਹੈ ਦੇਖਦੇ ਹੁਣ ਇਹਦਾ ਟੇਸਟ ਕਿੱਦਾਂ ਹੁੰਦਾ ਹੁਣ ਤੁਸੀਂ ਦੱਸੋ ਵੀ ਕਿੱਦਾਂ ਦਾ ਬਣਿਆ ਜਪਨੂਰ ਨੂੰ ਨਹੀਂ ਦੇਣਾ ਦੇਖ ਰਿਹਾ ਜਪਨੂਰ ਪਰ ਕਿੱਦਾਂ ਟੇਸਟ ਆ ਸਵਾਦ ਕਾਹਦਾ ਟੇਸਟ ਹੁੰਦਾ ਖੱਟਾ ਖੱਟਾ ਕਿਵੇਂ ਦਾ ਨਹੀਂ ਨੋਰਮਲ ਹੈ ਇਦਾਂ ਕੋਈ ਉਹਦਾ ਸਪੈਸ਼ਲ ਟੇਸਟ ਨਹੀਂ ਆ ਰਿਹਾ ਵੈਸੇ ਸਵਾਦ ਹੈ ਅੱਛਾ ਮੈਨੂੰ ਤਾਂ ਬਕਲਾ ਜਿਹਾ ਲੱਗਾ ਸੀ ਸੋ ਮੈਂ ਤਾਂ ਰੈਡੀ ਹੋ ਗਈ ਹਾਂ ਸਹਿਜ ਨੂੰ ਲੈ ਕੇ ਜਾਣ ਲਈ ਬਿੰਨੀ ਦੇ ਨਾਲ ਹੀ ਜਾਊਂਗੀ ਇੱਧਰ ਅਜੇ ਕੁੱਚਾ ਕੱਚੀ ਚੱਲ ਰਹੀ ਹੈ ਪੈਰਾਂ ਦੀ ਹੈਂ ਪੈਰ ਕਿਹਨੂੰ ਦਿਖਾਉਣੇ ਹੁੰਦੇ ਆ ਕਿ ਕੁਛ ਕੀ ਭਜਾਉਣੀ ਕੀ ਕਹਿੰਦੇ ਆਪਦਾ ਮਨ ਮਨ ਲਾ ਲੈਣੇ ਤੇ ਮੈਨੂੰ ਕਹਿ ਦਿੰਦੇ ਤੁਹਾਡੇ ਤਾਂ ਬੂਟਾਂ 'ਚ ਰਹਿਣੇ ਹੁੰਦੇ ਬਿੰਨੀ ਪਰ ਹਾਂ ਉਹ ਤਾਂ ਹੈ ਮਜ਼ਾਕ ਕਰ ਰਹੀਆਂ ਨੇ ਲਾਉਣੀ ਚਾਹੀਦੀ ਆ ਨਹੀਂ ਹੁਣ ਲੇਟ ਕੌਣ ਕਰਾ ਰਿਹਾ ਇਹ ਦੱਸੋ ਪਹਿਲਾਂ ਮੈਂ 100 ਨਹੀਂ 100 ਨਹੀਂ ਆ ਉਸ ਤੋਂ ਮੈਂ ਰੈਡੀ ਹੋ ਗਈ ਹਾਂ ਬਿੰਨੀ ਵੀ ਰੈਡੀ ਅਤੇ ਸਾਡੇ ਘਰੇ ਉਮਾਨ 'ਚ ਦੇ ਪਾਪਾ ਆਏ ਆ ਮਤਲਬ ਸਹਿਜ ਦੇ ਤਾਇਆ ਜੀ ਹੈਲੋ ਕਰ ਦਿਓ ਅਤੇ ਵੀਰੇ ਵੀ ਰੈਡੀ ਹੋ ਸਹਿਜ ਵੀ ਰੈਡੀ ਹੈ ਜਪਨੂਰ ਵੀ ਰੈਡੀ ਹੈ ਬਸ ਬਿੰਨੀ ਨੂੰ ਛੱਡ ਕੇ ਕਹਿੰਦੇ ਮੈਨੂੰ ਕਹਿੰਦੇ ਤੁਸੀਂ ਨਹਾਇਓ ਨਾ ਕਿ ਲੇਟ ਹੋ ਜਾਣੇ ਆਪ ਮੈਂ ਨਹਾ ਵੀ ਲਿਆ ਤਿਆਰ ਵੀ ਹੋ ਗਈ ਜਪਨੂਰ ਦਾ ਸਮਾਨ ਵੀ ਪੈਕ ਕਰ ਲਿਆ ਆਪ ਹਜੇ ਤੱਕ ਨਹੀਂ ਰੈਡੀ ਹੋਇਆ ਹੈ ਨਾ ਸਹਿਜ ਸਾਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਅਸੀਂ ਤਾਂ ਵਾਪਸ ਘਰੇ ਹੀ ਆਉਣਾ ਵਾ ਜਾਣਾ ਤਾਂ ਬਿੰਨੀ ਨੇ ਵਾਪਸ ਆ ਜਾਓ ਹੁਣ
ਮੇਰੀ ਛੁੱਤੀ ਪਈ ਉੱਥੀ ਨਾਲ ਡਾਲ ਤੇ ਜਦ ਨੂਰ ਉੱਠ ਗਈ ਹੈ ਤੇ ਬਿੰਨੀ ਹਜੇ ਤੱਕ ਨਹੀਂ ਨਿਕਲੇ ਗਏ ਹੁਣ ਵੇਖ ਲਓ ਕਸ਼ਮੇ ਲਾਉਣ ਲੱਗ ਗਏ ਦੇਖ ਸੁਣ ਲੱਗਾ ਅੰਕਲ ਜੀ ਜੱਪੂ ਉੱਠ ਗਿਆ ਤੂੰ ਕਿੰਨਾ ਰੋਈ ਇਹ ਬਾਪਰੇ ਜਪਨੂਰ ਇੰਨਾ ਜ਼ਿਆਦਾ ਰੋਈ ਰੋਈ ਨਹੀਂ ਮਤਲਬ ਸੋਣਾ ਸੀ ਉਹਨੇ ਮੂਧੀ ਹੋ ਜਾਵੇ ਕਦੀ ਟੇਢੀ ਸੋਵੇ ਕੋਸ਼ਿਸ਼ ਕਰੇ ਇਹਨੂੰ ਜਿੱਥੇ ਕੰਫਰਟੇਬਲ ਜਿਹਾ ਨਹੀਂ ਲੱਗ ਰਿਹਾ ਸੀ ਨਾ ਸੋ ਨਹੀਂ ਰਹੀ ਸੀ ਫਾਈਨਲੀ ਫਿਰ ਜਪਨੂਰ ਮੂਧੀ ਹੋ ਕੇ ਛੋ ਗਈ ਹੈ ਨਾ ਜਪਨੂਰ ਹੁਣ ਅਸੀਂ ਨਿਕਲ ਗਏ ਹਾਂ ਬਿਨਾਂ ਸਾਨੂੰ ਛੱਡ ਕੇ ਚਲੇ ਜਾਣਗੇ ਆਫਿਸ ਫਿਰ ਮੈਂ ਸਹਿਜ ਤੇ ਜਪਨੂਰ ਆਵਾਂਗੇ ਵਾਪਸ ਆਪਣੇ ਆਪ ਦੋਸਤੋ ਇੱਥੇ ਅਸੀਂ ਆ ਗਏ ਹਾਂ ਥੈਰੇਪੀ ਕਰਾਉਣ ਲਈ ਸਹਿਜ ਦੀ ਅਤੇ ਜਪਨੂਰ ਇੱਥੇ ਮਸਤੀਆਂ ਕਰ ਰਹੀ ਸੀ ਅਤੇ ਉਹਨੂੰ ਵੀ ਉੱਥੇ ਵਧੀਆ ਲੱਗਦਾ ਹੈ ਥੈਰੇਪੀ 'ਚ ਪੋਜ਼ੀਟਿਵ ਵਾਈਬ੍ਰੇਸ਼ਨਸ ਵੀ ਹੁੰਦੀਆਂ ਅਤੇ ਸਹਿਜ ਇੱਥੇ ਥੈਰੇਪੀ ਕਰਾ ਰਿਹਾ ਇਹ ਪਹਿਲਾਂ ਹੱਥ ਨਾਲ ਕਰਦੇ ਆ ਥੈਰੇਪੀ ਮਤਲਬ ਸਟ੍ਰੈਚਿੰਗ ਕਰਦੇ ਆ ਪੂਰੀ ਨੈੱਕ ਦੀ ਸ਼ੋਲਡਰ ਮਸਾਜ ਜੋ ਵੀ ਹੈ ਫਿਰ ਓਇਲ ਨਾਲ ਕਰਦੇ ਆ ਇਹਦੇ ਨਾਲ ਸਹਿਜ ਨਾਲ ਕਾਫੀ ਫਰਕ ਪੈ ਗਿਆ ਹੁਣ ਤੱਕ ਪਹਿਲੇ ਨਾਲੋਂ ਥੋੜ੍ਹੀ ਜਿਹੀ ਉਹਦੀ ਮਸਲ ਜਿਹੜੀਆਂ ਸੀਗੀਆਂ ਨਾ ਸਟਿਫ ਹੋ ਚੁੱਕੀਆਂ ਸੀ ਅਤੇ ਹੁਣ ਕਾਫੀ ਬੈਟਰ ਹੈ ਦੋਸਤੋ ਆਹ ਜਿਹੜੀ ਕੁੜੀ ਦੇਖ ਰਹੇ ਹੋ ਤੁਸੀਂ ਇਹਨੂੰ ਬੈਠਣ 'ਚ ਦਿੱਕਤ ਆਉਂਦੀ ਆ ਇਹਦਾ ਓਪਰੇਟ ਵਗੈਰਾ ਹੋਇਆ ਹੈ ਪਰ ਹਜੇ ਵੀ ਥੈਰੇਪੀ ਕਰਵਾਉਂਦੇ ਇਹਨੂੰ ਅਤੇ ਜਪਨੂਰ ਉਹਨੂੰ ਦੇਖ ਦੇਖ ਕੇ ਹੱਸੀ ਜਾ ਰਹੀ ਸੀ ਬੜੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਬੱਚਿਆਂ ਨੂੰ ਜੇ ਬੱਚਿਆਂ ਨੂੰ ਪ੍ਰੋਬਲਮ ਹੁੰਦੀ ਨਾ ਉਹਨਾਂ ਨੂੰ ਸੰਭਾਲਣਾ ਚੁੱਪ ਕਰਵਾ ਕੇ ਐਕਸਰਸਾਈਜ਼ ਕਰਵਾਉਣਾ ਆਪਦੀ ਗੱਲ ਮਨਵਾਉਣਾ ਬੜਾ ਮੁਸ਼ਕਲ ਟਾਸਕ ਆ ਦੋਸਤੋ ਅਸੀਂ ਘਰੇ ਪਹੁੰਚ ਗਏ ਹਾਂ ਚੱਲ ਖਾ ਲਾ ਕੁਛ ਫਿਰ ਜਾਣਾ ਦੋਸਤਾਂ ਤੇਰੇ ਦੋਸਤਾਂ ਦਾ ਫੋਨ ਆ ਰਿਹਾ ਸੀ ਤੁਸੀਂ ਦੁਪਹਿਰੇ ਕਿਉਂ ਖੇਡਦੇ ਹੁੰਦੇ ਨਾਲੇ ਇਹ ਕੀ ਗੱਲ ਸ਼ਾਮ ਨੂੰ ਟਾਈਮ ਨਹੀਂ ਹੁੰਦਾ ਦੋਸਤੋ ਅਸੀਂ ਘਰੇ ਆ ਗਏ ਹਾਂ ਅਤੇ ਹੁਣ ਅਸੀਂ ਖਾਣਾ ਖਾਵਾਂਗੇ ਉਸ ਤੋਂ ਬਾਅਦ ਥੋੜ੍ਹਾ ਰੈਸਟ ਕਰਾਂਗੇ ਗਰਮੀ ਬਹੁਤ ਜ਼ਿਆਦਾ ਸੀ ਭਾਵੇਂ ਅਸੀਂ ਅੰਦਰ ਹੀ ਸੀਗੇ ਪਰ ਜਦੋਂ ਔਨ ਟਾਈਮ ਥੋੜ੍ਹੀ ਜਿਹੀ ਤਾਂ ਲੱਗਦੀ ਜਦੋਂ ਬਾਹਰ ਨਿਕਲੀਏ ਅਤੇ ਮਿਲਦੇ ਹਾਂ ਤੁਹਾਨੂੰ ਫਿਰ ਉੱਥੇ ਥੈਰੇਪੀ ਇੱਕ ਬੱਚੀ ਸੀਗੀ ਤੁਹਾਨੂੰ ਦੱਸੂਗੀ ਬਾਅਦ ਵਿੱਚ ਫਿਲਹਾਲ ਮੈਂ ਖਾਣਾ ਪੀਣਾ ਖਾਣਾ ਪੀਣਾ ਹੋ ਗਿਆ ਐਡਾ ਸਹਿਜ ਆਪਣੇ ਦੋਸਤਾਂ ਦੇ ਕੋਲ ਗਿਆ ਉਹਨਾਂ ਦਾ ਫੋਨ ਆ ਰਿਹਾ ਸੀ ਬਾਰ ਬਾਰ ਅਤੇ ਮੈਂ ਜਪਨੂਰ ਸੌਂ ਗਈ ਹੈ ਮੈਂ ਸੀਰੀਜ਼ ਦੇਖ ਰਹੀ ਹਾਂ ਆਸ਼ਰਮ 3 ਮੈਨੂੰ ਕੱਲ੍ਹ ਹੀ ਰਾਤੀ ਪਤਾ ਲੱਗਿਆ ਕਿ ਆਸ਼ਰਮ 3 ਆ ਗਈ ਹੈ ਅਤੇ ਅੱਜ ਮੈਂ ਖਤਮ ਕਰ ਦੂੰਗੀ ਪੂਰਾ ਦਿਨ ਹਿੱਲੂੰਗੀ ਨਹੀਂ ਇਹੀ ਖਤਮ ਕਰਨੀ ਹੈ ਅੱਜ ਮੈਂ ਅਤੇ ਹੁਣ ਮੈਂ ਬਿਜ਼ੀ ਹੋਣ ਵਾਲੀ ਹਾਂ ਤੁਹਾਨੂੰ ਮਿਲਦੀ ਹਾਂ ਸ਼ਾਮ ਨੂੰ ਹੋ ਗਿਆ ਸ਼ਾਮ ਦਾ ਟਾਈਮ ਦੋਸਤੋ ਮੇਰੇ ਨਾਲ ਬਹੁਤ ਬੁਰੀ ਹੋਈ ਮੈਂ ਤੁਹਾਨੂੰ ਦੱਸਦਾ ਕਿ ਜੋ ਸੀਰੀਜ਼ ਸੀ ਮੈਂ ਦੇਖਿਆ ਨਹੀਂ ਕਿ ਕਿਹੜੇ ਏਅਰ 'ਚ ਆ ਹੈ ਜਿਹੜੀ ਤੀਸਰੀ ਸੀਗੀ ਕੀ ਕਹਿੰਦੇ ਨੂੰ ਤੀਸਰੀ ਸੀਰੀਜ਼ ਹੈ ਨਾ ਉਹ ਤਾਂ ਮੈਂ ਦੇਖੀ ਸੀ ਇੱਕ ਦੋ ਤਿੰਨ ਮਿੰਟ ਲੱਗਾ ਮੈਂ ਸ਼ਾਇਦ ਦੂਸਰੀ ਦੇਖ ਲਈ ਤੀਸਰੀ ਆ ਗਈ ਆ ਅਤੇ ਮੈਂ ਈਅਰ ਵੀ ਨਹੀਂ ਵੇਖਿਆ ਵੀ ਕਿਹੜੇ ਈਅਰ ਦਾ ਐਪੀਸੋਡ ਆ ਅਤੇ 2022 ਦਾ ਐਪੀਸੋਡ ਸੀਗਾ ਉਹਦੇ ਤੋਂ ਦੋ ਤਿੰਨ ਨਾ ਕਹਿੰਦੇ ਕਿ ਸ਼ਾਇਦ ਮੈਂ ਦੇਖ ਲਈ ਆ ਮੈਂ ਕਿਹਾ ਸ਼ਾਇਦ ਥੋੜ੍ਹਾ ਜਿਹਾ ਮੈਂ ਮਤਲਬ ਯਾਦ ਕਰਵਾਉਂਦੀ ਹੁਣ ਥੋੜ੍ਹੇ ਥੋੜ੍ਹੇ ਸੀਨ ਲਿੱਤੇ ਫਿਰ ਮੈਂ ਕਿਹਾ ਤਾਂ ਕੰਟੀਨਿਊ ਚੱਲੀ ਜਾਂਦੀ ਹੈ ਫਿਰ ਮੈਂ ਬੰਦ ਕਰਤੀ ਅਤੇ ਨੂਰ ਦੀ ਹੈ ਜੋ ਫੇਵਰੇਟ ਗਨ ਵੀਰੇ ਦੀ ਕੁਛ ਜਿੰਨਾ ਮਰਜ਼ੀ ਕੰਮ ਹੋਵੇ ਕੁਛ ਹੋਵੇ ਮਤਲਬ ਭੁੱਖ ਲੱਗੀ ਹੈ ਨੀਂਦ ਆ ਰਹੀ ਪਰ ਜੇ ਇਹਨੂੰ ਗਨ ਮਿਲ ਜੇ ਨਾ ਫਿਰ ਜਪਨੂਰ ਬਿਲਕੁਲ ਨਹੀਂ ਰੁਕਦੀ ਇਹਦੇ ਨਾਲ ਖੇਡਣ ਲੱਗ ਜਾਂਦੀ ਆ ਇਹਦੇ ਨਾਲ ਹੀ ਮੇਰਾ ਟਾਈਮ ਪਾਸ ਹੋ ਜਾਂਦਾ ਮੈਨੂੰ ਕੰਮ ਕਰਨ ਦਾ ਸਬਜ਼ੀ ਸੁਬਜ਼ੀ ਬਣਾਉਣ ਦਾ ਮੌਕਾ ਮਿਲ ਜਾਂਦਾ ਇੱਥੇ ਆ ਕੁੜੀ ਅਤੇ ਇਹਨੇ ਪਹੁੰਚਣਾ ਇਸ ਪਲੇਟ ਤੱਕ ਆ ਮੈਂ ਸਬਜ਼ੀ ਕੱਟ ਰਹੀ ਹਾਂ ਹੁਣ ਦੇਖਦੇ ਕਿੱਦਾਂ ਪਹੁੰਚ
रोड़ के इधर नू आ रही है मेरे को। कुड़ी आ कम कर दी है, ये खिंचन की कोशिश। जपनूर की कर दी भैया ऊंगी। जपनूर नहीं खुलेगा तुमसे छोरी। जपनूर ले ले सुते भाई नो एक ऐसी है। जपनूर एक किधर दा सांदा तेरा है। ਉਹ ਸਿੱਧੂ ਮੂਸੇ ਵਾਲੇ ਥਾਪੀ ਚੱਕੋ ਵੀ ਬਲਾ 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 ਵੀਰਾ ਕਿੱਥੇ ਜਪਨੂਰ ਬਲਾ ਹੋਰ ਆ ਵੀਰਾ ਕੱਲ ਉੱਥੇ ਨਾ ਇੱਕ ਥੈਰੇਪੀ ਕਰਾਉਣ ਆਈ ਸੀ ਕੁੜੀ ਕੁੜੀ ਸੀਗੀ ਕੁਛ ਕ 3 ਸਾਲ ਦੇ ਨੰਦੂ ਹਾਂ ਉਹਦੀ ਲੋਅਰ ਬੈਕ 'ਚ ਪ੍ਰੋਬਲਮ ਆ ਨਾ ਲੋਅਰ ਬੈਕ 'ਚ ਨਾ ਅਤੇ ਹੀਲ 'ਚ ਪ੍ਰੋਬਲਮ ਇੱਕ ਹੀਲ 'ਚ ਵੀ ਆ ਲੋਅਰ 'ਚ ਵੀ ਬੈਠਾ ਨਹੀਂ ਜਾਂਦਾ ਨਾ ਉਹਨੂੰ ਤਾਂ ਕਿਉਂਕਿ ਉਹ ਡਿਸਬੈਲੈਂਸ ਤਾਂ ਹੀ ਹੋਈ ਜਾਂਦੀ ਹੈ ਨਾ ਉਹਦੀ ਹੀਲ 'ਚ ਪ੍ਰੋਬਲਮ ਸੀ ਹੁਣ ਆਪਰੇਟ ਕਰਵਾਤਾ ਹੈ ਉਹ ਉਹਦੇ ਜਿਹੜੇ ਨਾਨੂ ਜਿਹਨੂੰ ਕਹਿੰਦੇ ਨਾਨੀ ਕਹਿੰਦੀ ਆਉਂਦੀ ਹੈ ਉਹ ਦੱਸਦੇ ਪਏ ਸੀ ਕਹਿੰਦੇ ਉਹਦਾ ਆਪਰੇਸ਼ਨ ਕਰਵਾਤਾ ਪਰ ਉਹਦੀ ਆਦਤ ਹਜੇ ਵੀ ਬਣੀ ਹੋਈ ਹੈ ਤਾਂ ਕਰਕੇ ਥੈਰੇਪੀ ਲਿਆਉਂਦੇ ਹਾਂ ਜਪਨੂਰ ਜਿੱਡੀ ਕੁੜੀ ਆਉਂਦੀ ਆ ਓਹੀ ਵਾਲੀ ਜਿਹੜੀ ਫਸਟ ਵਾਲੀ ਚੇਅਰ ਤੇ ਬਹਿੰਦੀ ਜਿੱਥੇ ਟੋਏ ਵਗੈਰਾ ਪਏ ਹੁੰਦੇ ਉਹ ਪੈਰਾਲਾਈਜ਼ ਉਹ ਮੁੰਡਾ ਕੁੜੀ ਨਹੀਂ ਹੈ ਚਲੋ ਵਾਟਰ ਮੁੰਡਾ 3-6 ਬੱਚੇ ਆਉਂਦੇ ਉੱਥੇ ਕੱਲ ਦੱਸਦੇ ਸੀ 6 ਆਉਂਦੇ ਬਾਕੀ ਸ਼ਾਮ ਨੂੰ ਆਉਂਦੇ ਸੁਬਾ ਹੀ ਜ਼ਿਆਦਾ ਆਉਂਦੇ ਸਾਰੇ ਸਹਿਜੂ ਸਹਿਜੂ ਫਿਰ ਦੁਪਹਿਰ ਦਾ ਟਾਈਮ ਹੋਇਆ ਨਾ ਸਹਿਜ ਨੈਕ ਤੇਰੀ ਠੀਕ ਹੋ ਗਈ ਨਾ ਬਿਲਕੁਲ ਠੀਕ ਆ ਹੈਂ